ਦੇ ਜਾ ਰਿਹਾ ਹੁਣ ਤਾਂ ਜ਼ਿੰਦਾ ਹੈ ਠੀਕ ਠੀਕ ਕਿਉਂਕਿ ਆਪ ਤੋਂ ਜ਼ਿਆਦਾ ਬਿਹਤਰ ਜਾਣੋ ਮੰਡੀ ਬਹੁਤ ਦੀ ਨਹੀਂ ਸੀ ਇਲਾਕੇ ਮੈਂ ਵੀ ਕੁਝ ਦੇਖਣੇ ਦਾ ਇਤਫਾਕ ਹੋਇਆ ਜਿਸ ਤਰ੍ਹਾਂ ਅਭੀ ਸ਼ੌਕਤ ਭਾਈ ਖੁਦ ਬਤਾ ਰਹੇ ਥੇ ਕਿ ਹਮਾਰੇ ਬੱਚੇ ਘਰਾਂ ਮੈਂ ਆਪਣੀ ਬੋਲੀ ਬੋਲਣ ਲੱਗੇ ਸ਼ਰਮਾਵੇ ਦੇ ਅਭੀ ਇਹ ਜਬ ਤਾਂ ਨੋਰਾ ਕਾ ਕਿਆਮ ਮਨਵਾਇਆ ਆਪ ਲੋਕਾਂ ਨੇ ਦੇਖਿਆ ਹੋਣਾ ਕਿ ਥੋੜ੍ਹਾ ਸਾ ਲੋਕਾਂ ਵਿੱਚ ਦਿਲਚਸਪੀ ਪੈਦਾ ਹੋਈ ਮੁਸ਼ਾਇਰੇ ਹੋਏ ਕਲਚਰ ਪ੍ਰੋਗਰਾਮ ਹੋਏ ਇਹ ਸਭ ਦਾ ਦੇਖਣ ਤੋਂ ਬਾਅਦ ਇੱਕ ਦਿਲਚਸਪੀ ਪੈਦਾ ਹੋ ਰਹੀ ਹਮਾਰੀ ਨੌਜਵਾਨ ਨਸਲ ਆਪਣੀ ਬੋਲੀ ਬੋਲ ਰਹੀ ਆ ਔਰ ਉਹ ਸ਼ਰਮ ਔਰ ਝਿਜਕ ਜੋ ਹੈ ਨਾ ਖਤਮ ਹੁੰਦੀ ਜਾ ਰਹੀ ਬੇਸਿਕਲੀ ਜੋ ਹੈ ਨਾ ਇਹ ਮਾਂ ਬੋਲੀ ਜੋ ਹੈ ਨਾ ਇਸਕੀ ਅਹਿਮੀਅਤ ਥੋੜ੍ਹੀ ਸੀ ਕਿ ਵੋ ਇਤਨੀ ਅਹਿਮ